ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ, ਕਿਵੇਂ, ਕੀ ਹਾਲ ਚਾਲ ਤੇ? ਆਪਾਂ ਅੱਜ ਗੱਲ ਕਰਾਂਗੇ ਪ੍ਰਭ ਗਿੱਲ ਦੇ ਵਾਸਤੇ ਗਾਣੇ ਦੀ। ਸੋ ਸ਼ੁਰੂ ਤੋਂ ਲੈ ਕੇ ਐਂਡ ਤੱਕ ਤੁਸੀਂ ਇਸ ਵੀਡੀਓ ਨੂੰ ਜ਼ਰੂਰ ਦੇਖਿਓ, ਅਤੇ ਵੀਡੀਓ ਸ਼ੁਰੂ ਕਰਨ ਤੋਂ ਪਹਿਲਾਂ ਤੁਹਾਡੀ ਇਹੀ ਬੇਨਤੀ ਹੈ ਕਿ ਤੁਸੀਂ ਇਸ ਵੀਡੀਓ ਨੂੰ ਸਿਰਫ ਇੰਟਰਟੇਨਮੈਂਟ ਦੇ ਤੌਰ 'ਤੇ ਲੈਣਾ, ਕਿਸੇ ਨੇ ਵੀ ਵੀਡੀਓ ਨੂੰ ਸੀਰੀਅਸਲੀ ਨਹੀਂ ਲੈਣਾ। ਸੋ ਚਲੋ ਸ਼ੁਰੂ ਕਰਦੇ ਆਪਾਂ ਇਸ ਵੀਡੀਓ ਨੂੰ। ਗਾਣੇ ਦੇ ਇੱਕ ਸੀਨ ਦੇ ਵਿੱਚ ਪ੍ਰਭ ਗਿੱਲ ਆਪਾਂ ਨੂੰ ਸਕੈਚ ਕਰਦਾ ਦਿਖਾਈ ਦਿੰਦਾ ਸੀਸੇ ਦੇ ਉੱਪਰ, ਪਰ ਐਕਚੁਅਲ 'ਚ ਇਹ ਇੱਕ ਬੋਰਡ ਦੇ ਉੱਤੇ ਕੀਤਾ ਗਿਆ ਸਕੈਚ, ਆਪਾਂ ਨੂੰ ਬਾਅਦ ਦੇ ਵਿੱਚ ਵੀਡੀਓ ਦੇ ਵਿੱਚ ਦਿਖਾਇਆ ਜਾਂਦਾ। ਹਾਓ ਇਟ ਪੋਸੀਬਲ? ਅੱਛਾ ਜੀ, ਮੁੱਕਾ ਮਾਰ ਕੇ ਨੀਲ ਪੈਂਦੇ ਤੁਸੀਂ ਬਹੁਤ ਸੁਣੇ ਹੋਗੇ, ਪਰ ਮੁੱਕਾ ਮਾਰ ਕੇ ਅੱਖ ਕਾਲੀ ਹੁੰਦੀ ਤੁਸੀਂ ਇਸ ਵੀਡੀਓ 'ਚ ਪਹਿਲੀ ਵਾਰ ਦੇਖੋਗੇ, ਪਰ ਇਹਦੇ ਤਾਂ ਮੁੱਕਾ ਮਾਰਿਆ। ਇਸ ਕੁੜੀ ਨੂੰ ਕੀ ਹੋਇਆ, ਇਹਦੀਆਂ ਅੱਖਾਂ ਕਿਉਂ ਕਾਲੀਆਂ ਹੋ ਗਈਆਂ ਨਾਲ? ਗਾਣੇ ਦੇ ਇੱਕ ਸੀਨ ਦੇ ਵਿੱਚ ਆਪਾਂ ਦੇਖਦੇ ਹਾਂ ਕਿ ਪ੍ਰਭ ਗਿੱਲ ਆਖਰੀ ਬੂੰਦ ਤੱਕ ਇਸ ਬਾਟਲੀ 'ਚ ਸ਼ਰਾਬ ਪੀ ਜਾਂਦਾ ਆ, ਪਰ ਅਗਲੇ ਹੀ ਸੀਨ ਦੇ ਵਿੱਚ ਇਹ ਬਾਟਲੀ ਪੂਰੀ ਤਰ੍ਹਾਂ ਫੁੱਲ ਹੁੰਦੀ ਆ। ਹਾਓ ਇਟ ਪੋਸੀਬਲ? ਵੈਸੇ ਜਿੰਨੀ ਸ਼ਰਾਬ ਇਸ ਹੋਸਪਿਟਲ 'ਚ ਦਿਖਾਈ ਗਈ ਆ, ਇੰਨੀ ਸ਼ਰਾਬ ਤਾਂ ਮੈਨੂੰ ਲੱਗਦਾ ਕਿਸੇ ਮਾੜੇ ਠੇਕੇ ਤੋਂ ਨਹੀਂ ਮਿਲਦੀ ਹੋਣੀ। ਤੁਸੀਂ ਦੇਖੋ ਤਾਂ ਡਰਾਇਰ 'ਚ ਸ਼ਰਾਬ, ਬੈੱਡ ਨੀਚੇ ਵੀ ਸ਼ਰਾਬ, ਫਰਸ਼ 'ਤੇ ਸ਼ਰਾਬ ਦੀ ਬੋਤਲ, ਕੋਈ ਮਾੜਾ ਨਸ਼ੇੜੀ ਤਾਂ ਪੱਕਾ ਇਸ ਹੋਸਪਿਟਲ 'ਚ ਐਡਮਿਟ ਹੋਣਾ ਚਾਹੂਗਾ। ਹੋਰ ਤੇ ਹੋਰ ਹੋਸਪਿਟਲ ਦੇ ਕੰਪਾਊਂਡਰ ਵੀ ਮਤਲਬ ਕਲਾਸਿਕ ਸਿਗਰਟ ਪੀਂਦੇ ਆ। ਇਸ ਸੱਜਣ ਕੋ ਕਿਆ ਤਕਲੀਫ ਹੈ ਭਾਈ? ਪ੍ਰਭ ਗਿੱਲ ਟੋਇਲਟ ਖੋਲਦਾ ਤੇ ਉਹਨੂੰ ਟੋਇਲਟ ਦੇ ਅੰਦਰ ਵੀ ਉਹੀ ਕੁੜੀ ਨਜ਼ਰ ਆਉਂਦੀ ਹੈ ਜਿਸ ਨਾਲ ਉਹਦਾ ਬ੍ਰੇਕਅਪ ਹੋਇਆ, ਤੇ ਉਹ ਕੁੜੀ ਅੰਦਰ ਜੂਸ ਬਣਾ ਰਹੀ ਹੁੰਦੀ ਆ। ਮੈਨੂੰ ਤੇ ਡਰ ਕਿਤੇ ਪ੍ਰਭ ਗਿੱਲ ਅੰਦਰ ਉਹ ਕੁਝ ਹੋਰ ਹੀ ਨਾ ਪੀ ਜਾਵੇ। ਵੈਸੇ ਮੈਂ ਸਾਰਾ ਗਾਣਾ ਦੇਖ ਲਿਆ, ਮੈਨੂੰ ਹੁਣ ਤੱਕ ਸਮਝ ਨਹੀਂ ਆਈ ਕਿ ਪ੍ਰਭ ਗਿੱਲ ਨੂੰ ਹੋਸਪਿਟਲ 'ਚ ਐਡਮਿਟ ਕਿਉਂ ਕੀਤਾ ਗਿਆ, ਸਿਰਫ ਇੱਕ ਬ੍ਰੇਕਅਪ ਕਰਕੇ? ਕੌਣ ਹੈ ਇਹ ਲੋਕ, ਕਹਾਂ ਸੇ ਆਤੇ ਹੈ? ਸੋ ਇੰਨਾ ਸੀਗਾ ਅੱਜ ਦਾ ਵੀਡੀਓ, ਆਈ ਹੋਪ ਕਿ ਤੁਹਾਨੂੰ ਵਧੀਆ ਲੱਗਿਆ ਹੋਊਗਾ। ਜੇ ਤੁਹਾਨੂੰ ਵਧੀਆ ਲੱਗਿਆ ਤਾਂ ਤੁਸੀਂ ਇਸ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰਿਓ, ਸੋ ਵੀਡੀਓ ਨੂੰ ਤੁਸੀਂ ਸ਼ੇਅਰ ਵੀ ਕਰਿਆ ਕਰੋ, ਲਾਈਕ ਵੀ ਕਰਿਆ ਕਰੋ। ਮੇਰੇ ਬਹੁਤ ਸਾਰੇ ਸੱਜਣ ਇਹੋ ਜਿਹੇ ਆ ਜਿਨ੍ਹਾਂ ਨੇ ਵੀਡੀਓ ਤਾਂ ਦੇਖ ਲੈਂਦੇ ਪਰ ਚੈਨਲ ਨੂੰ ਸਬਸਕ੍ਰਾਈਬ ਨਹੀਂ ਕਰਦੇ, ਸੋ ਚੈਨਲ ਨੂੰ ਜ਼ਰੂਰ ਸਬਸਕ੍ਰਾਈਬ ਕਰਿਓ। ਸੋ ਮਿਲਦੇ ਹਾਂ ਆਪਾਂ ਅਗਲੇ ਵੀਡੀਓ ਦੇ ਵਿੱਚ ਕਿਸੇ ਨਵੇਂ